ਟਰੱਕ ਨੂੰ ਬੈਕ ਕਰਵਾਉਂਦੇ ਸਮੇਂ ਦਰਦਨਾਕ ਹਾਦਸਾ ਹੋਇਆ। ਇਸ ਹਾਦਸੇ ਦੇ ਵਿੱਚ ਨੌਜਵਾਨ ਨੂੰ ਕਰੰਟ ਲੱਗਿਆ ਔਰ ਥਾਂ ਉਸਨੇ ਦਮ ਤੋੜ ਦਿੱਤਾ। ਦੱਸਦੇ ਕਿ ਸਬਜ਼ੀ ਮੰਡੀ ਦੇ ਵਿੱਚ ਇਹ ਦਰਦਨਾਕ ਹਾਦਸਾ ਹੋਇਆ। ਨੌਜਵਾਨ ਟਰੱਕ ਨੂੰ ਪਿੱਛੇ ਕਰਵਾ ਰਿਹਾ ਸੀ ਤਾਂ ਹਾਈ ਵੋਲਟੇਜ ਤਾਰਾਂ ਦੇ ਨਾਲ ਖਹਿ ਪਿਆ ਔਰ ਮੌਕੇ 'ਤੇ ਹੀ ਇਸ ਨੌਜਵਾਨ ਦੀ ਮੌਤ ਹੋ ਗਈ। ਤਾਂ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦਾ ਇਹ ਪੂਰਾ ਮਾਮਲਾ ਹੈ। ਇਹ ਨੌਜਵਾਨ ਰਾਜਸਥਾਨ ਦਾ ਰਹਿਣ ਵਾਲਾ ਸੀ, ਮਜ਼ਦੂਰੀ ਦੇ ਲਈ ਇੱਥੇ ਆਇਆ ਹੋਇਆ ਸੀ ਔਰ ਨਾਮ ਇਸਦਾ ਸਾਗਰ ਸੀ, ਜਿਸ ਦੀ ਦਰਦਨਾਕ ਮੌਤ ਹੋਈ ਹੈ। ਲੋਕਾਂ ਦੇ ਵੱਲੋਂ ਇਸ ਨੌਜਵਾਨ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਪਰ ਉਦੋਂ ਤੱਕ ਇਸ ਦੀ ਮੌਤ ਹੋ ਚੁੱਕੀ ਸੀ। ਮਜ਼ਦੂਰੀ ਕਰਦਾ ਸੀ ਔਰ ਮੁਕੇਰੀਆਂ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿੰਦਾ ਸੀ। ਤਾਂ ਦੱਸਦੇ ਕਿ 28 ਸਾਲ ਦੇ ਨੌਜਵਾਨ ਦੀ ਕਰੰਟ ਲੱਗਣ ਕਰਕੇ ਮੌਤ ਹੋਈ ਹੈ। ਟਰੱਕ ਨੂੰ ਪਿੱਛੇ ਕਰਵਾ ਰਿਹਾ ਸੀ, ਟਰੱਕ ਦੇ ਵਿੱਚ ਕੁੱਲ 3 ਲੋਕ ਸਵਾਰ ਸੀ ਤਾਂ ਇਹ ਪਿੱਛੇ ਕਰਵਾ ਰਿਹਾ ਸੀ। ਅਚਾਨਕ ਹਾਈ ਵੋਲਟੇਜ ਤਾਰਾਂ ਦੇ ਨਾਲ ਖਹਿ ਪਿਆ ਜਿਸ ਤੋਂ ਇਸ ਨੂੰ ਕਰੰਟ ਲੱਗਿਆ। ਮੌਕੇ 'ਤੇ ਹੀ ਇਸ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ। ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦਾ ਇਹ ਪੂਰਾ ਮਾਮਲਾ ਹੈ। ਸਬਜ਼ੀ ਮੰਡੀ ਦੇ ਵਿੱਚ ਇਹ ਭਾਣਾ ਵਾਪਰਿਆ। ਇਹ ਰਾਜਸਥਾਨ ਦਾ ਮੁੰਡਾ ਟਰੱਕ ਕੰਡਕਟਰ ਹੈਗਾ ਅਤੇ ਪਾਸ ਮੇ ਇਜੈਕਟ ਜਗ੍ਹਾ ਆਪਣਾ ਆਪਣੇ ਕਾਮ ਕੇ ਦੌਰਾਨ ਕਿਸੀ ਤਰ੍ਹਾਂ ਸੇ ਇਸੇ ਕਰੰਟ ਕੀ ਤਾਰ ਬਚ ਗਈ ਆ, ਜੈਸੇ ਵੀ ਉਹ ਮੈਨੂੰ ਨਹੀਂ ਪਤਾ ਬਟ ਕਰੰਟ ਲੱਗ ਗਿਆ ਅਤੇ ਮਤਲਬ ਉਸੀ ਵਕਤ ਇਸਕੀ ਸਸਪੈਕਟਡ ਡੈਥ ਹੋ ਗਈ। ਲੇਕਿਨ ਜਬ ਹਮਾਰੇ ਪਾਸ 9:40 ਮੇ ਆਇਆ ਤੋ ਹਮਨੇ ਚੈੱਕ ਕੀਆ ਅਤੇ ਇਹ ਬਲੋ ਡੈਥ ਥਾ। ਸਰ ਪੁਲਿਸ ਰਿਪੋਰਟ ਕਰਤੀ ਆਪਣੀ? ਹਾਂ, ਅਤੇ ਫਿਰ ਸਭਸੇ ਪਹਿਲੇ ਹਮਨੇ ਪੁਲਿਸ ਰਿਪੋਰਟ ਦੀ। ਪੂਰਾ ਜ਼ਿਲ੍ਹਾ ਜੈਪੁਰ ਰਾਜਸਥਾਨ ਦਾ ਰਹਿਣ ਵਾਲਾ ਹੈ, ਇੱਥੇ ਵਾਗਵਾਲ ਕਾਲੋਨੀ ਰਹਿੰਦਾ ਮੁਕੇਰੀਆਂ, ਠੀਕ ਹੈ। ਔਰ ਬਰਫਾਲੀ ਖਾਨ ਲੱਗੇ ਇਹਦੀ ਕਰੰਟ ਲੱਗਣ ਲੱਗੇ ਮੋਟੋ ਕੀ ਆ, ਇਹਦੀ ਰੈੱਡ ਬੋਡੀ ਮੋਟਰੀ ਹਸਪਤਾਲ ਵਿੱਚ ਵਿਖਾਈ ਗਈ ਆ, ਠੀਕ ਹੈ। ਇੱਥੇ ਪਰਿਵਾਰ 3 ਸਾਰੇ ਆ, ਜਦੋਂ ਪੇਟਸ ਆਉਣਗੇ ਉਸ ਨਾਲ ਕਾਰਵਾਈ ਅਮਲ ਵਿੱਚ ਲਿਆਉਂਦੀ ਆ। ਲਗਭਗ ਲੜਕੇ ਦੀ ਕਿੰਨੀ ਕੁ ਉਮਰ ਹੈ? 17 ਸਾਲ ਉਮਰ ਹੈ ਲੜਕੇ ਦੀ। ਕੰਮ ਕਰਦਾ? ਕੰਮ ਕਰਦਾ ਸੀ? ਕੰਮ ਕਰਦਾ ਜੀ, ਇਹਦੇ ਡਿਪੋਜ਼ਿਟਾ ਕਰਦਾ ਜੀ, ਨਾਲ ਹੀ ਫਿਰ ਇਹਦੇ ਮਾਮੇ ਇੱਥੇ ਦੇ, ਠੀਕ ਹੈ ਜੀ। ਅਤੇ ਜੇ ਪੇਟਸ ਆ ਰਹੇ ਆ, ਪੇਟਸ ਆਉਂਦੇ ਉਸ ਨਾਲ ਕਾਰਵਾਈ ਅਮਲ ਵਿੱਚ ਲਿਆਉਂਦੀ ਆ। ਠੀਕ ਹੈ, ਧੰਨਵਾਦ। ਟਰੱਕ ਨੂੰ ਬੈਕ ਕਰਵਾਉਂਦੇ ਸਮੇਂ ਦਰਦਨਾਕ ਹਾਦਸਾ ਹੋਇਆ। ਇਸ ਹਾਦਸੇ ਦੇ ਵਿੱਚ ਨੌਜਵਾਨ ਨੂੰ ਕਰੰਟ ਲੱਗਿਆ ਔਰ ਥਾਂ ਹੀ ਉਸਨੇ ਦਮ ਤੋੜ ਦਿੱਤਾ। ਦੱਸਦੇ ਕਿ ਸਬਜ਼ੀ ਮੰਡੀ ਦੇ ਵਿੱਚ ਇਹ ਦਰਦਨਾਕ ਹਾਦਸਾ ਹੋਇਆ। ਨੌਜਵਾਨ ਟਰੱਕ ਨੂੰ ਪਿੱਛੇ ਕਰਵਾ ਰਿਹਾ ਸੀ ਤਾਂ ਹਾਈ ਵੋਲਟੇਜ ਤਾਰਾਂ ਦੇ ਨਾਲ ਖਹਿ ਪਿਆ ਔਰ ਮੌਕੇ 'ਤੇ ਹੀ ਇਸ ਨੌਜਵਾਨ ਦੀ ਮੌਤ ਹੋ ਗਈ। ਤਾਂ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦਾ ਇਹ ਪੂਰਾ ਮਾਮਲਾ ਹੈ। ਇਹ ਨੌਜਵਾਨ ਰਾਜਸਥਾਨ ਦਾ ਰਹਿਣ ਵਾਲਾ ਸੀ, ਮਜ਼ਦੂਰੀ ਦੇ ਲਈ ਇੱਥੇ ਆਇਆ ਹੋਇਆ ਸੀ ਔਰ ਨਾਮ ਇਸਦਾ ਸਾਗਰ ਸੀ, ਜਿਸ ਦੀ ਦਰਦਨਾਕ ਮੌਤ ਹੋਈ ਹੈ। ਲੋਕਾਂ ਦੇ ਵੱਲੋਂ ਇਸ ਨੌਜਵਾਨ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਪਰ ਉਦੋਂ ਤੱਕ ਇਸ ਦੀ ਮੌਤ ਹੋ ਚੁੱਕੀ ਸੀ। ਮਜ਼ਦੂਰੀ ਕਰਦਾ ਸੀ ਔਰ ਮੁਕੇਰੀਆਂ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿੰਦਾ ਸੀ। ਤਾਂ ਦੱਸਦੇ ਕਿ 28 ਸਾਲ ਦੇ ਨੌਜਵਾਨ ਦੀ ਕਰੰਟ ਲੱਗਣ ਕਰਕੇ ਮੌਤ ਹੋਈ ਹੈ। ਟਰੱਕ ਨੂੰ ਪਿੱਛੇ ਕਰਵਾ ਰਿਹਾ ਸੀ, ਟਰੱਕ ਦੇ ਵਿੱਚ ਕੁੱਲ 3 ਲੋਕ ਸਵਾਰ ਸੀ ਤਾਂ ਇਹ ਪਿੱਛੇ ਕਰਵਾ ਰਿਹਾ ਸੀ। ਅਚਾਨਕ ਹਾਈ ਵੋਲਟੇਜ ਤਾਰਾਂ ਦੇ ਨਾਲ ਖਹਿ ਪਿਆ ਜਿਸ ਤੋਂ ਇਸ ਨੂੰ ਕਰੰਟ ਲੱਗਿਆ। ਮੌਕੇ 'ਤੇ ਹੀ ਇਸ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ। ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦਾ ਇਹ ਪੂਰਾ ਮਾਮਲਾ ਹੈ। ਸਬਜ਼ੀ ਮੰਡੀ ਦੇ ਵਿੱਚ
ਇਹ ਭਾਣਾ ਵਾਪਰਿਆ। ਇਹ ਰਾਜਸਥਾਨ ਦਾ ਮੁੰਡਾ ਟਰੱਕ ਕੰਡਕਟਰ ਹੈਗਾ ਅਤੇ ਪਾਸ ਦੇ ਇਗਜੈਕਟ ਜਗ੍ਹਾ ਆਪਣਾ ਆਪਣੇ ਕਾਮ ਕੇ ਦੌਰਾਨ ਕਿਸੇ ਤਰ੍ਹਾਂ ਸੇ ਇਸੇ ਕਰੰਟ ਕੀ ਤਾਰ ਬਚ ਗਈ ਆ, ਜੈਸੇ ਵੀ ਉਹ ਮੁਝੇ ਨਹੀਂ ਪਤਾ, ਬਟ ਕਰੰਟ ਲੱਗ ਗਿਆ ਅਤੇ ਮਤਲਬ ਉਸੀ ਵਕਤ ਇਸਕੀ ਸਸਪੈਕਟਡ ਡੈਥ ਹੋ ਗਈ। ਲੇਕਿਨ ਜਬ ਹਮਾਰੇ ਪਾਸ 9:40 ਮੈਂ ਆਇਆ ਤੋ ਹਮਨੇ ਚੈੱਕ ਕੀਆ ਅਤੇ ਇਹ ਬਰੋਡ ਡੈਥ ਥਾ। ਸਰ ਪੁਲਿਸ ਰਿਪੋਰਟ ਕਰਤੀ ਆਪਣੀ? ਹਾਂ, ਅਤੇ ਫਿਰ ਸਭ ਤੋਂ ਪਹਿਲੇ ਹਮਨੇ ਪੁਲਿਸ ਰਿਪੋਰਟ ਦੀ। ਪੂਰਾ ਜ਼ਿਲ੍ਹਾ ਜੈਪੁਰ ਰਾਜਸਥਾਨ ਦਾ ਰਹਿਣ ਵਾਲਾ ਹੈ। ਇੱਥੇ ਵਾਗਵਾਲ ਕਾਲੋਨੀ ਰਹਿੰਦਾ ਮਕੀਰੀਆਂ, ਠੀਕ ਹੈ। ਬਰਫਾਲੀ ਖਾਨੇ ਲਾਗੇ ਇਹਦੀ ਜੜ ਲੱਗਣ ਵਾਲੀ ਮੌਤ ਹੋ ਚੁੱਕੀ ਆ। ਇਹਦੀ ਰੈੱਡ ਬੋਡੀ ਮੋਚਰੀ ਹਸਪਤਾਲ ਮਕੀਰੀਆਂ ਵਿਖਾਈ ਗਈ ਆ, ਠੀਕ ਹੈ। ਇੱਥੇ ਪਰਿਵਾਰ ਪੇਰੈਂਟਸ ਆ ਰਹੇ ਆ, ਜੋ ਪੇਰੈਂਟਸ ਆਉਣਗੇ ਉਸ ਨਾਲ ਕਾਰਵਾਈ ਅਮਲ ਵਿੱਚ ਲਿਆਉਂਦੇ ਆ। ਲਗਭਗ ਲੜਕੇ ਦੀ ਕਿੰਨੀ ਕੁ ਉਮਰ ਹੈ? 17 ਉਮਰ ਹੈ ਲੜਕੇ ਦੀ। ਕੰਮ ਕਰਦਾ ਸੀ? ਕੰਮ ਕਰਦਾ ਜੀ, ਇਹਦੇ ਅੱਜ ਪੁੱਜ ਤਾਂ ਕਰਦਾ ਜੀ, ਨਾਲ ਨਾਲ ਇੱਥੇ ਰਹਿੰਦੇ ਮਾਮੇ ਇੱਥੇ ਦੇ, ਠੀਕ ਹੈ ਜੀ। ਅਤੇ ਜੇ ਪੇਰੈਂਟਸ ਆ ਰਹੇ ਆ, ਪੇਰੈਂਟਸ ਆਉਂਦੇ ਆ, ਉਸ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਉਂਦੇ ਆ। ਠੀਕ ਹੈ ਜੀ, ਧੰਨਵਾਦ।